ਥਾਣਾ ਗੁਰਾਇਆ ਅਧੀਨ ਪੈਂਦੀ ਪਿੰਡ ਕੋਟਲੀ ਖੱਖਿਆਂ ਵਿਖੇ ਚੋਰਾਂ ਵੱਲੋਂ ਇੱਕ ਘਰ ਨੂੰ ਸੰਨ ਲਾ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਜਗਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਲੀ ਖੱਖਿਆਂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਖੇਤਾਂ ਵਿੱਚ ਬਣਾਏ ਘਰ 'ਚ ਲੰਮੇ ਸਮੇਂ ਤੋਂ ਰਹਿੰਦੇ ਹਨ। ਮਿਤੀ 7 ਜੂਨ ਦੀ ਰਾਤ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਵਿਹੜੇ ਵਿੱਚ ਸੁੱਤੇ ਸਨ। ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਮਕਾਨ ਦੀ ਖੇਤਾਂ ਵੱਲ ਲੱਗਦੀ ਦੀਵਾਰ ਨੂੰ ਪਾੜ ਪਾਇਆ ਹੋਇਆ ਸੀ ਅਤੇ ਅੰਦਰ ਸਮਾਨ ਖਿਲ ਰਿਹਾ ਹੋਇਆ ਸੀ। ਉਹਨਾਂ ਅੱਗੇ ਦੱਸਿਆ ਕਿ ਚੋਰ ਸੋਨੇ ਦੀਆਂ 2 ਚੇਨੀਆਂ, 1 ਲੌਕਟ, 1 ਸਿੰਗੀ, 1 ਸੋਨੇ ਦਾ ਕੜਾ, 2 ਸੋਨੇ ਦੀਆਂ ਵਾਲੀਆਂ, 1 ਮੁੰਦਰੀ, 3 ਕੜੀਆਂ, $900, 100 ਪਾਉਂਡ ਚੋਰੀ ਕਰਕੇ ਲੈ ਗਏ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਚੌਕੀ ਦੁਸਾਂਝ ਕਲਾਂ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਹਾਂਜੀ, ਸਮਾਨ ਸਾਡੇ ਲੈ ਗਏ ਜੀ ਘਰ, ਸੋਨਾ ਸੀਗਾ ਅਤੇ ਆਪਣੇ $1000 ਸੀਗਾ ਉਹਦੇ ਵਿੱਚ, ਅਤੇ ਬਾਕੀ ਜਿਹੜਾ ਸਮਾਨ ਬਾਹਰ ਕੁਛ ਖਿਲਾਰ ਕੇ ਗਏ ਆ। ਹਾਂਜੀ, ਸੋਨੇ ਦੇ ਵਿੱਚ 2 ਚੈਨੀਆਂ ਸੀ ਅਤੇ ਉਹਨਾਂ ਦੇ ਵਿੱਚ 1 'ਚ ਲੌਕਟ ਸੀ, 1 'ਚ ਸਿੰਗੀ ਸੀਗੀ ਬਾਬੇ ਦੀ, ਅਤੇ 3 ਜੋੜੇ ਵਾਲੀਆਂ ਦੇ, ਅਤੇ 1 ਮੁੰਦੀ, 1 ਕੜਾ। ਇਹ ਸਮਾਨ ਚੋਰੀ ਹੋਇਆ ਜੀ ਸੋਨੇ ਦੇ। ਹਾਂਜੀ, ਕੋਟਲੀ ਖੱਖਿਆ ਪੈਂਦਾ ਹੈ। ਹਾਂਜੀ, ਪਿੰਡ ਕੋਟਲੀ ਖੱਖਿਆ। ਹਾਂਜੀ, ਪੁਲਿਸ ਨੂੰ ਦੱਸ ਦਿੱਤਾ ਤੁਸੀਂ? ਹਾਂਜੀ, ਪੁਲਿਸ ਨੂੰ ਦੱਸਿਆ ਸੀ, ਮੌਕਾ ਦੇਖ ਕੇ ਗਏ ਆ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸ਼ੱਕ ਵੀ ਕਿਸੇ ਤੇ ਤੁਹਾਨੂੰ? ਸ਼ੱਕ ਦੇ ਆਧਾਰ ਤੇ ਜਿਹੜੇ ਹੁਣ ਪਿੰਡ ਦੇ ਵਿੱਚ ਹੀ ਆ, ਜਿੱਦਾਂ ਕੋਈ ਅਮਲੀ ਸਬਲੀ ਇਹੀ ਕੰਮ ਕਰ ਰਹੇ ਆ। ਕੀ ਮੰਗ ਕਰਦੇ ਤੁਸੀਂ? ਮੰਗ ਇਹੀ ਕਰਦੇ ਵੀ ਸਾਡੀ ਜਿਹੜੀ ਸੁਣਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਸਾਡਾ ਸਮਾਨ ਚੋਰੀ ਮਿਲਣਾ ਚਾਹੀਦਾ, ਜਿਹੜਾ ਸਾਡਾ ਸਮਾਨ ਚੋਰੀ ਹੋਇਆ ਸਮਾਨ ਮਿਲਣਾ ਚਾਹੀਦਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।